ਪ੍ਰੋਗਰਾਮ ਐਡਮਿਨਟਡ ਆਰੀ ਵਿੱਚ ਆਪ ਸਭਨਾਂ ਦਾ ਸਵਾਗਤ ਹੈ ਜੀ ਜੀ ਆਇਆਂ ਨੂੰ ਮਨਜੀਤ ਸਿੰਘ ਫਿਰਮਾਨ ਵੱਲੋਂ ਆਪ ਸਭਨਾਂ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ ਦੋਸਤੋ ਅੱਜ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਉਪਿੰਦਰ ਸਿੰਘ ਮਠਾੜੂ ਜੀ ਪਹੁੰਚੇ ਨੇ ਇਹਨਾਂ ਨਾਲ ਅੱਜ ਅਸੀਂ ਜਿੱਥੇ ਇਹਨਾਂ ਦੇ ਗੀਤਾਂ ਬਾਰੇ ਗੱਲਬਾਤ ਕਰਾਂਗੇ ਉੱਥੇ ਹੀ ਪੰਜਾਬ ਜਾਂ ਭਾਰਤ ਵਿੱਚ ਮੌਜੂਦਾ ਜੋ ਹਾਲਾਤ ਬਣੇ ਨੇ ਉਹਨਾਂ ਦੇ ਬਾਬਤ ਵੀ ਗੱਲਬਾਤ ਕੀਤੀ ਜਾਵੇਗੀ ਸੋ ਆਓ ਪਹਿਲਾਂ ਇਹਨਾਂ ਦਾ ਅਸੀਂ ਰਸਮੀ ਤੌਰ ਤੇ ਸਵਾਗਤ ਕਰ ਲੈਂਦੇ ਹਾਂ ਉਪਿੰਦਰ ਸਿੰਘ ਮਠਾੜੂ ਜੀ ਆਪ ਜੀ ਦਾ ਪ੍ਰੋਗਰਾਮ ਐਡਮੈਂਟਲ ਡੈਰੀ ਵਿੱਚ ਸਵਾਗਤ ਹੈ ਜੀ ਮਜੀਤਪਾਲ ਜੀ ਔਰ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਸਹਿਤ ਸਾਸ਼ਟ੍ਰਿਕਲ ਪ੍ਰਵਾਨ ਹੋਵੇ ਜੀ। ਅ ਦੋਸਤੋ ਇੱਕ ਵਾਰੀ ਤੁਹਾਨੂੰ ਮੈਂ ਦੁਬਾਰਾ ਦੱਸ ਦਵਾਂ ਵੈਸੇ ਜਿਨ੍ਹਾਂ ਐਡਮਿੰਟਨ ਵਾਸੀ ਨੇ ਉਹ ਤੇ ਸਾਰੇ ਜਾਣਦੇ ਨੇ ਕਿ ਉਪਿੰਦਰ ਮਠਾੜੂ ਕੌਣ ਨੇ। ਮੈਂ ਫਿਰ ਵੀ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹਾਂਗਾ ਕਿ ਇਹ ਸਾਡੇ ਐਡਮਿੰਟਨ ਸ਼ਹਿਰ ਦੇ ਇੱਕ ਨਾਮਵਰ ਬਿਜ਼ਨਸਮੈਨ ਦੇ ਨਾਲ-ਨਾਲ ਇੱਕ ਬੜੇ ਵਧੀਆ ਤੇ ਸੁਲਝੇ ਹੋਏ ਗਾਇਕ ਹਨ, ਕਵੀਸ਼ਰ ਹਨ, ਕੀਰਤਨੀਆਂ ਹਨ ਔਰ ਅਕਸਰ ਇਹਨਾਂ ਨੂੰ ਐਡਮਿੰਟਨ ਸ਼ਹਿਰ ਦੇ ਵਕਫ ਵਕ ਗੁਰੂ ਘਰਾਂ ਦੇ ਵਿੱਚ ਤੁਸੀਂ ਕੀਰਤਨ ਕਰਦੇ ਹੋ ਜਾਂ ਟਾਡੀਵਾਰਾਂ ਗਾਉਂਦੇ ਵੀ ਦੇਖਿਆ ਹੋਵੇਗਾ ਸੋ ਪਾਜੀ ਅੱਜ ਜਿਹੜੀ ਅਸੀਂ ਗੱਲਬਾਤ ਕਰਨੀ ਆ ਉਹ ਅਸੀਂ ਤੁਹਾਡੇ ਦੋ ਜਿਹੜੇ ਰੀਸੈਂਟਲੀ ਗੀਤ ਆਏ ਨੇ ਉਹਨਾਂ ਬਾਰੇ ਕਰਾਂਗੇ ਜੀ ਇੱਕ ਤੁਹਾਡਾ ਗੀਤ ਆਇਆ ਸੀਗਾ ਜਿਹੜਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਦਿੱਲੀ ਦੇ ਬਾਰਡਰ ਦੇ ਉੱਪਰ ਜੋ ਹਾਲਾਤ ਬਣੇ ਨੇ ਜੀ ਉਹਨਾਂ ਦੀ ਵਿਆਖਿਆ ਕਰਦਾ ਗੀਤ ਬਿਲਕੁਲ ਰੋੜਾ ਕਿਸਾਨ ਜੀ ਉਸ ਕਿਸਾਨ ਸਬੰਧੀ ਜਿਹੜਾ ਗੀਤ ਸੀਗਾ ਉਸ ਨੂੰ ਬੜਾ ਲੋਕਾਂ ਨੇ ਪਿਆਰ ਦਿੱਤਾ ਜੀ 3 ਲੱਖ ਤੋਂ ਵੱਧ ਵਿਊਜ਼ ਹੋਏ ਬਿਲਕੁਲ ਤੇ ਜਿਹੜੇ ਸਾਡੇ ਦਰਸ਼ਕ ਨੇ ਜਿਹੜੇ ਤੁਹਾਡੇ ਸੁਣਨ ਵਾਲੇ ਨੇ ਉਹਨਾਂ ਦੇ ਰਿਐਕਸ਼ਨ ਕਿਦਾਂ ਦੇ ਆਏ ਤੁਹਾਨੂੰ ਸਾਰਿਆਂ ਵੱਲੋਂ ਬਹੁਤ ਭਰਮਾ ਹੰਗਾਰਾ ਮਿਲਿਆ ਗੀਤ ਨੂੰ ਕਿਉਂ ਗੀਤ ਦੀ ਵਰਡਿੰਗ ਜਿਹੜੀ ਸੀਗੀ ਬਹੁਤ ਅੱਛੀ ਸੀ ਬਹੁਤ ਖੂਬ ਸੀਗੀ ਸਟਾਰਟਿੰਗ ਜੋ ਗੀਤ ਸੀਗੀ ਉਹ ਸੂਬੇ ਅਤੇ ਸੈਂਟਰ ਦੀਆਂ ਸਰਕਾਰਾਂ ਨੇ ਹਮ ਰਲ ਪੱਠ ਤੇ ਕੀਤੇ ਵਾਰ ਇਹਨਾਂ ਗਰਦਾਰਾਂ ਨੇ ਬਿਲਕੁਲ ਤੇ ਗਰਦਾਰੀ ਹੋਈ ਹੈਗੀ ਹੂੰ ਤੇ ਆਪਣੇ ਬੰਦੇ ਪੰਜਾਬ ਤੋਂ ਜਾ ਕੇ ਵੀ ਸਾਈਨ ਕਰਕੇ ਆਏ ਹੈਗੇ ਆ ਸਾਰੇ ਬਿਲਕੁਲ ਚਾਹੇ ਉਹ ਕੈਪਟਨ ਸਾਹਾਵਾ ਚਾਹੇ ਉਹ ਬਾਦਲ ਸਾਹਾਵਾ ਹੂੰ ਤੇ ਉਸੇ ਤਰੀਕੇ ਨਾਲ ਸੈਂਟਰ ਨੇ ਉਹ ਰੋਲ ਜਿਹੜੇ ਹੈਗੇ ਆ ਅਪਲਾਈ ਕੀਤੇ ਹੈਗੇ ਆ ਬਿਲਕੁਲ ਬਿਨਾ ਕੁਝ ਸੋਚੇ ਬਿਨਾ ਕੁਝ ਸਮਝੇ ਔਰ ਜਿਹਨਾਂ ਦਾ ਰਿਜ਼ਲਟ ਤੁਸੀਂ ਅਸੀਂ ਸਾਰੇ ਦੇਖ ਰਹੇ ਆ ਸਿੰਗੂ ਬਾਰਡਰ ਦੇ ਉੱਤੇ ਕਿਹੋ ਜਿਹੇ ਹਾਲਾਤ ਬਣੇ ਪਏ ਨੇ ਇਸ ਵੇਲੇ ਬਿਲਕੁਲ ਹਾਂਜੀ ਭਾਜੀ ਜਿਹੜੇ ਇਹ ਹਾਲਾਤ ਬਣੇ ਪਏ ਨੇ ਖਾਸ ਕਰਕੇ ਪਹਿਲਾਂ ਅਸੀਂ ਜੇ ਦੇਖਿਆ ਤੇ ਪੰਜਾਬ ਦੇ ਵਿੱਚ ਲਗਭਗ 2 ਮਹੀਨੇ ਉੱਥੇ ਪ੍ਰਦਰਸ਼ਨ ਹੁੰਦੇ ਰਹੇ ਰੋਸ ਮੁਜ਼ਾਰੇ ਹੁੰਦੇ ਰਹੇ ਬਿਲਕੁਲ ਫਿਰ ਕਿਸਾਨਾਂ ਨੇ ਦੇਖਿਆ ਵੀ ਸਰਕਾਰ ਦੀ ਸਿਰ ਦੇ ਉੱਪਰ ਕੋਈ ਜੂਨ ਨਹੀਂ ਸਿਰਕਦੀ ਨਹੀਂ ਉਹਨਾਂ ਨੇ ਕਾਫਲਾ ਆਪਣਾ ਚੱਕਿਆ ਤੇ ਦਿੱਲੀ ਵੱਲ ਨੂੰ ਕੋਚ ਕਰ ਲਿਆ ਬਿਲਕੁਲ ਹਰਿਆਣੇ ਵਿੱਚ ਉਹਨਾਂ ਨੂੰ ਬੜੀਆਂ ਮੁਸ਼ਕਲਤਾਂ ਬੜੀਆਂ ਤਕਲੀਫਾਂ ਪੇਸ਼ ਆਈਆਂ ਜੀ ਪਰ ਜਿਵੇਂ ਕਹੋ ਵੀ ਕਿਸਾਨਾਂ ਨੂੰ ਇਹ ਛੋਟੇ-ਮੋਟੇ ਜਿਹੜੇ ਕੈਲੋ ਵੀ ਰੋਕ ਰੋਕਾਂ ਲਾਉਣ ਦੀ ਕੋਸ਼ਿਸ਼ ਕੀਤੀ ਸਰਕਾਰਾਂ ਵੱਲੋਂ ਉਹਨਾਂ ਦੀ ਪ੍ਰਵਾਹ ਬਿਨਾ ਕਰਦੇ ਹੋਏ ਉਹ ਦਿੱਲੀ ਦੇ ਬਾਰਡਰ ਤੱਕ ਪਹੁੰਚ ਗਏ ਬਿਲਕੁਲ ਇਹ ਜਿਹੜਾ ਸਾਰਾ ਘਟਨਾਕਰਮ ਹੈ ਇਸ ਦੇ ਦੋ ਅਸਪੈਕਟ ਜਿਹੜੇ ਨੇ ਜੀ ਇਸ ਵੱਲੇ ਨਜ਼ਰ ਆ ਰਹੇ ਨੇ ਹਮ ਇੱਕ ਸਕਾਰਾਤਮਕ ਹੈ ਜੀ ਇੱਕ ਨਕਾਰਾਤਮਕ ਹੈ ਬਿਲਕੁਲ ਜੇਕਰ ਸਕਾਰਾਤਮਕ ਦੀ ਗੱਲ ਕਰੀਏ ਤੇ ਹਰਿਆਣਾ ਤੇ ਪੰਜਾਬ ਜੀ ਇਹਨਾਂ ਨੂੰ ਪਾੜਨ ਵਿੱਚ ਇਹਨਾਂ ਨੂੰ ਅਲੱਗ ਕਰਨ ਚ ਸਰਕਾਰਾਂ ਨੇ ਕੋਈ ਕਮੀ ਨਹੀਂ ਸੀ ਛੱਡੀ ਨਹੀਂ ਛੱਡੀ ਪਰ ਇਸ ਮੁਹਿੰਮ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਜਿਸ ਤਰੀਕੇ ਨਾਲ ਹਰਿਆਣੇ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਮੁੱਢੇ ਨਾਲ ਮੁੱਢਾ ਜੋੜ ਕੇ ਇਸ ਅੰਦੋਲਨ ਨੂੰ ਕਾਮਯਾਬ ਕੀਤਾ ਬਿਲਕੁਲ ਉਹ ਵਾਕਈ ਕਾਬਲੇ ਤਾਰੀਫ ਹੈ ਕਾਬਲੇ ਕੌਰ ਆ ਜੀ ਇਹ ਇਕੱਲਾ ਹਰਿਆਣੇ ਦੇ ਜਾਂ ਪੰਜਾਬ ਦੇ ਕਿਸਾਨਾਂ ਦਾ ਨਹੀਂ ਅੰਦੋਲਨ ਰਹਿ ਗਿਆ ਹੁਣ ਸਾਰੇ ਹੁਣ ਤਾਂ ਇਹ ਮੈਂ ਤਾਂ ਕਹਾਂਗਾ ਵਰਲਡਵਾਈਡ ਹੂੰ ਤੁਸੀਂ ਦੇਖੋ ਵੀ ਜੇ ਇੰਡੀਆ ਦੀ ਗੱਲ ਕਰੀਏ ਰਾਜਸਥਾਨ ਤੋਂ ਕਿ ਜੂਪੀ ਤੋਂ ਬਿਹਾਰ ਤੋਂ ਮੱਧ ਪ੍ਰਦੇਸ਼ ਤੋਂ ਇਵਨ ਜੀ ਸਦਰਨ ਸਟੇਟਸ ਜਿਹੜੀਆਂ ਨੇ ਕਰਾ ਕਰਨਾਟਕਾ ਉਥੋਂ ਸਾਰੇ ਤੋਂ ਕਿਸਾਨ ਜਿਹੜੇ ਕਿਸਾਨ ਚੱਲ ਕੇ ਆ ਰਹੇ ਨੇ ਔਰ ਵਰਲਡਵਾਈਡ ਮੈਂ ਇਸ ਕਰਕੇ ਕਹਿ ਰਿਹਾ ਵੀ ਤੁਸੀਂ ਆਪਣਾ ਚਲੋ ਐਡਮੈਂਟਨ ਦੀ ਧਰਤੀ ਕੈਨੇਡਾ ਤੇ ਅਸੀਂ ਬੈਠੇ ਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਲੰਡਨ ਯੂਕੇ ਇੰਗਲੈਂਡ ਜਰਮਨ ਫਰਾਂਸ ਕਿਹੜਾ ਇਹੋ ਜਿਹਾ ਮੁਲਕ ਹੈਗਾ ਵੀ ਜਿਸ ਨੇ ਇਸ ਚੀਜ਼ ਦੀ ਨਿਖੇਧੀ ਨਹੀਂ ਕੀਤੀ ਹੈਗੀ ਵੀ ਇਹ ਜੋ ਵੀ ਕਿਸਾਨਾਂ ਦੇ ਨਾਲ ਹੋ ਰਿਹਾ ਜਾਂ ਬੀਜੇਪੀ ਗਵਰਨਮੈਂਟ ਜਾਂ ਮੋਦੀ ਸਾਹਿਬ ਜੋ ਵੀ ਕਰ ਰਿਹਾ ਇਹ ਟੋਟਲੀ ਸਾਰਾ ਕੁਝ ਗਲਤ ਕਰ ਰਿਹਾ ਹੈ। ਬੱਕੇ ਜੀ ਇੱਕ ਇੰਟਰਨੈਸ਼ਨਲ ਮੁੱਦਾ ਬਣ ਚੁੱਕਿਆ ਵਾ। ਬਿਲਕੁਲ। ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਜੇ ਵੀ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਸਟੈਂਡ ਤੇ ਅੜੀਆਂ ਹੋਈਆਂ ਨੇ। ਬਿਲਕੁਲ। ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ। ਬਿਲਕੁਲ ਜਾਇਜ਼। ਉਹ ਅਜੇ ਵੀ ਉਹਨਾਂ ਪ੍ਰਤੀ ਸੰਜੀਦਾ ਜਿਹੜਾ ਵਿਵਹਾਰ ਦਿਖਾ ਨਹੀਂ ਰਹੀ। ਨਹੀਂ। ਦੇਖੋ ਕੋਈ ਵੀ ਕਾਨੂੰਨ ਭਾਜੀ ਬਣਦਾ ਕਾਨੂੰਨ ਤਾਂ ਬਣਦਾ ਹੈਗਾ ਲੋਕਾਂ ਦੇ ਲਈ ਬਿਲਕੁਲ ਵੀ ਲੋਕਾਂ ਨੂੰ ਸਹੂਲਤ ਮਿਲੇ ਜਾਂ ਲੋਕਾਂ ਨੂੰ ਫੈਸਿਲਿਟੀ ਮਿਲੇ ਉਸਦੀ ਤੇ ਲੋਕੀ ਜੇ ਨਹੀਂ ਪਸੰਦ ਕਰਦੇ ਤਾਂ ਉਹਨੂੰ ਬੰਦ ਕਰ ਦਿਓ ਵੇਖੋ ਜੀ ਤੁਹਾਡੀ ਮੈਂ ਗੱਲ ਕੱਟਦਾ ਇੱਥੇ ਵੀ ਸਪਰੀਮ ਕੋਰਟ ਦੀ ਅੱਜ ਹੀਅਰਿੰਗ ਸੀ ਕੱਲ ਵੀ ਤੇ ਅੱਜ ਵੀ ਬਿਲਕੁਲ ਸਪਰੀਮ ਕੋਰਟ ਨੇ ਕਲੀਅਰਲੀ ਕਹਿਤਾ ਵੀ ਜਿਹੜੇ ਕਿਸਾਨ ਨੇ ਉਹ ਪੀਸਵਲੀ ਪ੍ਰੋਟੈਸਟ ਕਰ ਰਹੇ ਨੇ ਔਰ ਇਹ ਉਹਨਾਂ ਦਾ ਫੰਡਮੈਂਟਲ ਰਾਈਟ ਹੈ ਬਿਲਕੁਲ ਸਹੀ ਗੱਲ ਆ ਉਹਨਾਂ ਨੇ ਸਾਫ਼ ਇਹ ਕਿਹਾ ਹੈਗਾ ਵੀ ਉਹ ਨਹੀਂ ਹਾਈਵੇ ਬਲੌਕ ਕਰਕੇ ਬੈਠੇ ਵੀ ਤੁਸੀਂ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਹੈ ਬਿਲਕੁਲ ਉਹ ਤਾਂ ਜਿੱਥੇ ਆਪਣਾ ਜਾਣਾ ਚਾਹੁੰਦੇ ਜਿਸ ਜੰਤਰ ਮੰਤਰ ਤੇ ਉਹਨਾਂ ਨੇ ਸੋਚਿਆ ਸੀ ਵੀ ਉਹਨਾਂ ਗਰਾਊਂਡਾਂ 'ਚ ਜਾ ਕੇ ਆਪਾਂ ਪ੍ਰਦਰਸ਼ਨ ਕਰਾਂਗੇ ਜਾਂ ਕਿਦਾਂ ਪਰ ਬੀਜੇਪੀ ਗਵਰਨਮੈਂਟ ਨੇ ਉਹਨਾਂ ਨੂੰ ਉੱਥੇ ਤੱਕ ਪਹੁੰਚਾ ਨਹੀਂ ਦਿੱਤਾ ਤੇ ਇਹਦੇ ਵਿੱਚੋ ਕਿਸਾਨਾਂ ਦੀ ਆਪਾਂ ਫਾਲਟ ਨਹੀਂ ਕਹਿ ਸਕਦੇ ਵੀ ਉਹਨਾਂ ਦਾ ਕਸੂਰ ਆ ਜਾਂ ਕਿੱਦਾਂ ਵੀ ਆ ਤੇ ਇਹ ਗਵਰਨਮੈਂਟ ਦਾ ਸਾਰਾ ਹੱਥ ਆ ਭਾਜੀ ਇਹ ਤਾਂ ਸੀ ਸਕਾਰਾਤਮਕ ਪਹਿਲੂ ਜੀ ਹੁਣ ਅਸੀਂ ਗੱਲ ਕਰਦੇ ਹਾਂ ਨਕਾਰਾਤਮਕ ਪਹਿਲੂ ਦਾ ਹੂੰ ਹੂੰ ਕਿ ਇਸ ਮੁਹਿੰਮ ਦੇ ਵਿੱਚ ਜਿੱਥੇ ਇੰਨਾ ਪਿਆਰ ਸਹਿਯੋਗ ਵਕ ਵਕ ਸੂਬਿਆਂ ਦਾ ਵਕ ਵਕ ਜਾਤਾਂ ਦਾ ਮਜਮਾ ਦਾ ਪਿਆਰ ਵੇਖਣ ਨੂੰ ਮਿਲਿਆ ਬਿਲਕੁਲ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਤੱਕ ਕਿਸਾਨ ਜਿਹੜੇ ਨੇ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਬਿਲਕੁਲ ਬਿਲਕੁਲ ਵੈਸੇ ਵੀ ਜਿਹੜਾ ਪੋ ਦਾ ਮਹੀਨਾ ਜੀ ਠੰਡ ਆ ਚੁੱਕੀ ਆ ਬਿਲਕੁਲ ਸਿੱਖ ਧਰਮ ਵਾਸਤੇ ਇਹ ਸ਼ਹਾਦਤਾਂ ਦਾ ਮਹੀਨਾ ਹੁੰਦਾ ਜੀ ਬਿਲਕੁਲ ਜੀ ਗੁਰੂ ਸਾਹਿਬ ਦੀ ਮਾਤਾ ਜੀ ਬੱਚੇ ਸਾਹਿਬਜਾਂ ਦੇ ਸਾਰਿਆਂ ਨੇ ਇਹ ਸ਼ਹਾਦਤਾਂ ਇਸ ਮਹੀਨੇ ਦੇ ਵਿੱਚ ਪਾਈਆਂ ਸੀ ਬਿਲਕੁਲ ਤੇ ਇਸ ਮਹੀਨੇ ਦੇ ਵਿੱਚ ਹੀ ਇੱਕ ਹੋਰ ਸੰਤ ਮਹਾਪੁਰਖ ਜੀ ਬਾਬਾ ਰਾਮ ਸਿੰਘ ਜੀ ਸਿੰਗੜੇ ਵਾਲੇ ਹਾਂਜੀ ਉਹਨਾਂ ਨੇ ਵੀ ਇੱਕ ਦੋ ਦਿਨ ਪਹਿਲਾਂ ਸ਼ਹਾਦਤ ਦਿੱਤੀ ਹੈ ਜੀ ਬਿਲਕੁਲ ਸੋ ਇਹ ਸਾਰਾ ਜਿਹੜਾ ਘਟਨਾਕਰਮ ਇਸ ਨੂੰ ਤੁਸੀਂ ਕਿਵੇਂ ਦੇਖਦੇ ਜੀ ਕਹਿੰਦੇ ਨੇ ਜੀ ਜਦੋਂ ਡੁੱਲ ਦਾ ਖੂਨ ਸ਼ਹੀਦਾਂ ਦਾ ਹਮ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਜਦ ਵੀ ਕੌਮ ਦੇ ਉੱਪਰ ਜ਼ੁਲਮ ਹੋਇਆ ਜਾਂ ਖਾਲਸਾ ਪੰਥ ਜ਼ੁਲਮ ਨੂੰ ਥੱਲ ਪਾਉਣ ਲਈ ਅੱਗੇ ਵਧਿਆ ਤੇ ਉੱਥੇ ਸ਼ਹੀਦੀਆਂ ਦੇਣੀਆਂ ਪੈਂਦੀਆਂ ਤੇ ਮਹਾਪੁਰਸ਼ਾਂ ਨੇ ਇਹ ਕੁਰਬਾਨੀ ਜਿਹੜੀ ਦਿੱਤੀ ਹੈਗੀ ਆ ਇਹ ਸਾਡੇ ਲਈ ਦਿੱਤੀ ਆ ਹਮਮ ਔਰ ਇੱਕ ਬੀਜੇਪੀ ਗਵਰਨਮੈਂਟ ਦੇ ਮੂੰਹ ਦੇ ਉੱਤੇ ਬਹੁਤ ਕਰਾਰੀ ਚਪੇੜ ਵੱਜੀ ਹੈਗੀ ਆ ਔਰ ਘਟੋ ਘਟ 20 ਤੋਂ 25 ਸਿੰਘ ਸ਼ਹੀਦ ਹੋ ਚੁੱਕੇ ਨੇ ਬਿਲਕੁਲ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਆਪਣਾ ਸਿਰ ਨਮੋਣਾ ਔਰ ਕੋਟਨ ਕੋਟ ਪ੍ਰਣਾਮ ਆ ਉਹਨਾਂ ਨੂੰ ਜਿਹੜੇ ਸਾਡੇ ਲਈ ਸ਼ਹੀਦੀਆਂ ਦੇ ਰਹੇ ਨੇ ਔਰ ਜਿੱਦਾਂ ਤੁਸੀਂ ਦੱਸਿਆ ਹੈਗਾ ਵੀ ਦਸੰਬਰ 21 ਤੋਂ ਲੈ ਕੇ ਦਸੰਬਰ 29 ਤੱਕ ਦਾ ਹੂੰ ਤੇ ਗੁਰੂ ਗੋਬਿੰਦ ਸਿੰਘ ਜੀ ਨੇ 21 ਦਸੰਬਰ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਬਿਲਕੁਲ ਤੇ 29 ਦਸੰਬਰ ਤੱਕ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਬਿਲਕੁਲ ਤੇ ਇਹ ਹੀ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕੀਤੀ ਵੀ ਮੈਂ ਆਪਣਾ ਕਰਜ਼ਾ ਸਿਰ ਤੋਂ ਲਾਤਾ ਬਿਲਕੁਲ ਜੀ ਬਿਲਕੁਲ ਤੇ ਮੈਂ ਤਾਂ ਕਹਾਂਗਾ ਸਾਰੇ ਇਸ ਸੰਘਰਸ਼ ਦੇ ਯੋਧਿਆਂ ਨੂੰ ਹੂੰ ਵੀ ਠੰਡ ਦੀ ਜਦੋਂ ਤੁਸੀਂ ਗੱਲ ਕਰਦੇ ਆ ਵਾਕਿਆ ਹੀ ਠੰਡ ਹੈਗੀ ਆ ਬਿਲਕੁਲ ਪਰ ਜਦ ਵੀ ਠੰਡ ਲੱਗੇ ਉਸ ਬੁੱਢੀ ਦਾਦੀ ਮਾਂ ਨੂੰ ਚੇਤੇ ਕਰਿਓ ਉਹਨਾਂ ਬੱਚਿਆਂ ਨੂੰ ਚੇਤੇ ਕਰਿਓ ਉਹ ਗੁਰੂ ਸਾਹਿਬ ਨੂੰ ਚੇਤੇ ਕਰਿਓ ਮਾਛੀਵਾੜ ਦੇ ਜੰਗਲ ਨੂੰ ਚੇਤੇ ਕਰ ਲਇਓ ਤੇ ਫਿਰ ਉਹ ਮੇਰਾ ਖਿਆਲ ਨਹੀਂ ਵੀ ਤੁਹਾਨੂੰ ਠੰਡ ਲੱਗੇਗੀ ਤੇ ਇੰਨਾ ਜਿਆਦਾ ਤੁਹਾਨੂੰ ਸਹਿਯੋਗ ਮਿਲੇਗਾ ਗੁਰੂ ਸਾਹਿਬ ਵੱਲੋਂ ਬਿਲਕੁਲ ਤੇ ਯਾਰੜੇ ਦਾ ਕਹਿੰਦੇ ਸੱਥਰ ਚੰਗਾ ਪੱਟ ਖੇੜਿਆਂ ਦੇ ਰਹਿਣਾ ਤੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਬਿਲਕੁਲ ਪਾਜੀ ਅ ਇੱਕ ਤੇ ਵੈਸੇ ਹੀ ਉੱਥੇ ਜੀ ਕਰੋਨਾ ਦੇ ਕਰਕੇ ਮਾਹੌਲ ਜਿਹੜਾ ਵਾ ਸਾਰੀ ਦੁਨੀਆ ਦੇ ਵਿੱਚ ਹੀ ਬਹੁਤ ਖਰਾਬ ਹੋਇਆ ਪਿਆ ਜੀ ਪਰ ਸਾਡੀ ਗੁਰਬਾਣੀ ਦੇ ਵਿੱਚ ਕੁਝ ਪੰਕਤੀਆਂ ਹੁੰਦੀਆਂ ਨੇ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਬਿਲਕੁਲ ਸੋ ਅਸੀਂ ਉਸ ਸੱਚੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਬਿਲਕੁਲ ਬੇਨਤੀ ਕਰਦੇ ਹਾਂ ਜੋਦੜੀ ਕਰਦੇ ਹਾਂ ਬਿਲਕੁਲ ਕਿ ਜਿਹੜਾ ਵਰਾ 2020 ਚੜਿਆ ਸੀ ਹਾਂ ਜੀ ਇਹ ਇੱਕ ਬਹੁਤ ਵੱਡੀ ਮਹਾਮਾਰੀ ਲੈ ਕੇ ਆਇਆ ਜਿਸ ਦਾ ਦੁਨੀਆ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਬਿਲਕੁਲ ਤੇ ਅਸੀਂ ਅਰਦਾਸ ਕਰਦੇ ਹਾਂ ਜੀ ਕਿ ਵਰ੍ਹਾ 2021 ਜਿਹੜਾ ਹੈ ਉਹ ਸਭਨਾਂ ਦੇ ਲਈ ਏਕੋਗਤਾ ਲੈ ਕੇ ਆਵੇ ਇਸ ਮਹਾਮਾਰੀ ਦਾ ਜਿਹੜਾ ਪ੍ਰਕੋਪ ਆ ਇਸ ਨੂੰ ਦੂਰ ਕਰੇ ਬਿਲਕੁਲ ਸੋ ਇੱਥੇ ਪਾਜੀ ਆਪਾਂ ਇੱਕ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਤੁਹਾਡਾ ਜਿਹੜਾ ਨਵਾਂ ਗੀਤ ਹੈ ਠੀਕ ਹੈ ਜੀ ਗੁਰਨਾਣਕ ਦੀ ਬਾਣੀ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਜੀ ਠੀਕ ਹੈ ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਆਪ ਸਭਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਔਰ ਸਾਡੀ ਗੱਲਬਾਤ ਚੱਲ ਰਹੀ ਜੀ ਸਰਦਾਰ ਉਪਿੰਦਰ ਸਿੰਘ ਮਠਾੜੂ ਜੀ ਦੇ ਨਾਲ ਜੀ ਪਾਜੀ ਅਸੀਂ ਗੱਲਬਾਤ ਕੀਤੀ ਤੁਹਾਡੇ ਗੀਤ ਰੋਲ ਦਾ ਕਿਸਾਨ ਬਾਰੇ ਹੂੰ ਹੂੰ ਜਿਹੜਾ ਕਿ ਅਜੋਕੇ ਹਾਲਾਤਾਂ ਦੀ ਤਰਜਮਾਨੀ ਕਰਦਾ ਹੈ ਜੀ ਇਸ ਤੋਂ ਪਹਿਲਾਂ ਇੱਕ ਗੀਤ ਆਇਆ ਸੀ ਜ਼ਿੰਦਗੀ ਹਾਂਜੀ ਜਿਹਦੇ ਵਿੱਚ ਪਾਕਿਸਤਾਨੀ ਫੀਮੇਲ ਆਰਟਿਸਟ ਲਾਲ ਜੀ ਨਸੀਬੁੱਲਾਲ ਜੀ ਹਾਂਜੀ ਦੇ ਨਾਲ ਤੁਹਾਡਾ ਡਿਊਟ ਸੀਗਾ ਉਸ ਨੂੰ ਵੀ ਲੋਕਾਂ ਨੇ ਬੜਾ ਪਿਆਰ ਬੜਾ ਹੰਗਾਰਾ ਦਿੱਤਾ ਜੀ ਬਿਲਕੁਲ 1.5 ਮਿਲੀਅਨ ਵਿਊਜ਼ ਹੋਏ ਉਹਦੇ ਬਿਲਕੁਲ ਜੀ ਤੇ ਰੀਸੈਂਟਲੀ ਇੱਕ ਹਫਤਾ ਹੋਇਆ ਤੁਹਾਡਾ ਇੱਕ ਹੋਰ ਗੀਤ ਆਇਆ ਹਾਂਜੀ ਨਾਨਕ ਦੀ ਬਾਣੀ ਬਿਲਕੁਲ ਉਹ ਗੀਤ ਜੀ ਮੈਨੂੰ ਪਰਸਨਲੀ ਬਹੁਤ ਪਸੰਦ ਆ ਠੀਕ ਆ ਜੀ ਔਰ ਤੁਸੀਂ ਬਲੀਵ ਨਹੀਂ ਕਰਨਾ ਵੀ ਮੈਂ ਕਾਫੀ ਵਾਰੀ ਗੀਤ ਸੁਨੇ ਆਓ ਜੀ ਔਰ ਗੀਤ ਨੂੰ ਅੱਖਾਂ ਬੰਦ ਕਰਕੇ ਮਾਨਣ ਦਾ ਜੋ ਇੱਕ ਆਨੰਦ ਹੁੰਦਾ ਨਾ ਠੀਕ ਉਹ ਵਿਆਖਿਆ ਨਹੀਂ ਕੀਤੀ ਜਾ ਸਕਦੀ ਉਹਦੀ ਮਿਹਰਬਾਨੀ ਆਪਾਂ ਜੀ ਤੁਹਾਡੇ ਔਰ ਉਹਦਾ ਵੀ ਪਿਆਰ ਉਹਦਾ ਵੀ ਜਿਹੜਾ ਹੰਗਾਰਾ ਵਾ ਜੀ ਤੁਹਾਡੇ ਜਿਹੜੇ ਸੁਣਨ ਵਾਲੇ ਨੇ ਹਾਂਜੀ ਉਹਨਾਂ ਨੇ ਇੰਨਾ ਕ ਦਿੱਤਾ ਕਿ ਸਿਰਫ ਇੱਕ ਹਫਤੇ ਦੇ ਵਿੱਚ ਮਿਲੀਅਨ ਤੋਂ ਉੱਪਰ ਵਿਊ ਹੋ ਗਏ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਪ੍ਰੋਜੈਕਟ ਸੀਗਾ ਜੀ ਇਹ ਪ੍ਰੋਜੈਕਟ ਬਾਰੇ ਦੱਸੋ ਸਾਡੇ ਦਰਸ਼ਕਾਂ ਦਾ ਸਾਂਝ ਪਾਓ ਵੀ ਇਹ ਕਿਵੇਂ ਬਣਿਆ ਜੀ ਕਿਹੜੇ ਕਿਹੜੇ ਆਰਟਿਸਟ ਕਲਾਕਾਰ ਇਸ ਗੀਤ ਦੇ ਵਿੱਚ ਜਿਹੜੇ ਤੁਹਾਡੇ ਨਾਲ ਸਾਥ ਦਿੱਤਾ ਉਹਨਾਂ ਦਾ ਹਾਂਜੀ ਇਸ ਪ੍ਰੋਜੈਕਟ ਨੂੰ ਪਿਛਲੇ ਤਕਰੀਬਨ 2 ਸਾਲ ਤੋਂ ਕੰਮ ਕਰ ਰਹੇ ਸੀਗੇ ਇਸ ਉੱਪਰ ਤੇ ਇੱਕ ਦਿਨ ਇਸੇ ਤਰੀਕੇ ਸ਼ਫੀ ਜਲਵੇੜਾ ਜੀ ਜਿਹੜੇ ਇਹਦੇ রাইਟਰ ਨੇ ਬਿਲਕੁਲ ਤੇ ਉਹਨਾਂ ਨਾਲ ਫੋਨ ਤੇ ਗੱਲ ਹੋਈ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਕੋਈ ਇਹੋ ਜਿਹੀ ਚੀਜ਼ ਦਿਓ ਗੁਰੂ ਨਾਨਕ ਸਾਹਿਬ ਦੇ ਉੱਪਰ ਇੱਕ ਵਧੀਆ ਚੀਜ਼ ਕੋਈ ਹੋਵੇ ਲਿਖੀ ਹੋ ਜਾਂ ਕਿਦਾਂ ਔਰ ਇਹ ਚੀਜ਼ ਇਹੋ ਜਿਹੀ ਉਹਨਾਂ ਨੇ ਦਿੱਤੀ ਵੀ ਇੱਕ ਇਹ ਗੀਤ ਆ ਅਮਰ ਗੀਤ ਹੋ ਕੇ ਰਹਿ ਗਿਆ ਤੇ ਔਰ ਮੈਨੂੰ ਸਰੋਤਿਆਂ ਨੂੰ ਦੱਸਦੇ ਆ ਬੜੀ ਖੁਸ਼ੀ ਵੀ ਆਉਂਦੀ ਆ ਵੀ ਸ਼ਫੀ ਜਲਵੇੜਾ ਜੀ ਇੱਕ ਆਪ ਮੁਸਲਮਾਨ ਫੈਮਲੀ ਨਾਲ ਬਿਲੋਂਗ ਕਰਦੇ ਨੇ ਸੌਰੀ ਜੀ ਇਹ ਮੇਰਾ ਸਵਾਲ ਸੀਗਾ ਤੁਸੀਂ ਮੇਰੇ ਕੋਲਿਆ ਆਲਰੇਡੀ ਠੀਕ ਆ ਜੀ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਸ਼ਫੀ ਜਲਵੇੜਾ ਜਿਹੜੇ ਕਿ ਗੀਤਕਾਰ ਨੇ ਇਸ ਗੀਤ ਦੇ ਜੀ ਉਹ ਮੁਸਲਮਨ ਨੇ ਆਪ ਹਾਂਜੀ ਔਰ ਗੁਰੂ ਨਾਨਕ ਪਾਸ਼ਾ ਦੇ ਸਬੰਧ ਦੇ ਵਿੱਚ ਇੰਨਾ ਸੋਹਣਾ ਲਿਖਿਆ ਹਾਂਜੀ ਉਹਦਾ ਇੱਕ ਅਲਫਾਜ਼ ਇੱਕ ਲਫ਼ਜ਼ ਬਿਲਕੁਲ ਦਿਲ ਦਿਲ ਤਕਰ ਜਾਂਦਾ ਜੀ ਦੇਖੋ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮਸਲ ਬਿਲਕੁਲ ਬਿਲਕੁਲ ਜੀ ਤੇ ਜੇ ਆਪਾਂ ਮੁਸਲਮਾਨ ਗੱਲ ਕਰੀਏ ਹੂੰ ਤੇ ਮਰਦਾਨਾ ਜੀ ਬਿਲਕੁਲ ਤੇ ਪਹਿਲੇ ਉਹਨਾਂ ਦੇ ਸਾਥੀ ਗੁਰੂ ਨਾਨਕ ਸਾਹਿਬ ਦੇ ਉਹਨਾਂ ਦੇ ਨਾਲ ਰਹੇ ਹੂੰ ਔਰ ਸ਼ਫੀ ਜਲਵੇੜਾ ਜੀ ਬਹੁਤ ਅੱਛੇ ਇਨਸਾਨ ਔਰ ਬਹੁਤ ਅੱਛੀ ਕਲਮ ਔਰ ਗੁਰਨਾਨਕ ਦੀ ਬਾਣੀ ਨੂੰ ਉਹਨਾਂ ਨੇ ਔਰ ਗੁਰੂ ਨਾਨਕ ਦੇ ਜੋ-ਜੋ ਵੀ ਆਪਣੇ ਉਹਨਾਂ ਦੇ ਰੈਬਰ ਔਰ ਪ੍ਰਕਾਰ ਸੀਗੇ ਦੁਨੀਆ ਦੇ ਉੱਪਰ ਔਰ ਜੋ-ਜੋ ਹੁਣਤਾਈਆਂ ਉਸ ਟਾਈਮ ਸੀਗੀਆਂ ਉਹਨਾਂ ਨੂੰ ਕਲਮ ਬੰਦ ਕਰਕੇ ਸਾਡੇ ਰੂਬਰੂ ਕੀਤਾ ਔਰ ਗੀਤ ਮਿਲਿਆ ਜਦੋਂ ਤੇ ਗੀਤ ਨੂੰ ਪੜ ਕੇ ਬਹੁਤ ਮਨ ਖੁਸ਼ ਹੋਇਆ ਵੀ ਹਰ ਇੱਕ ਚੀਜ਼ ਕਵਰ ਕੀਤੀ ਹੈਗੀ ਆ ਤੇ ਫਿਰ ਉਹ ਗੀਤ ਮੈਂ 뮤직 ਲਈ ਕਲਸੀ ਸਾਹਿਬ ਕੋਲ ਆਇਆ ਤੇ ਬਲਜੀਤ ਕਲਸੀ ਸਾਹਿਬ ਉਹਨਾਂ ਨੇ ਇਸ ਦਾ 뮤직 ਕੀਤਾ ਤੇ میوزਿਕ ਤੋਂ ਬਾਅਦ ਫਿਰ ਵੀਡੀਓ ਲਈ ਪਿਛਲੇ ਸਾਲ ਮੈਂ ਇੰਡੀਆ ਗਿਆ ਸੀ ਤਾਂ ਨਾਲੇ ਪਾਕਿਸਤਾਨ ਵੀ ਜਾਣ ਦਾ ਮੌਕਾ ਮਿਲਿਆ ਤੇ ਫਿਰ ਇੰਡੀਆ ਆਣ ਕੇ ਮੈਂ ਇਸ ਵੀਡੀਓ ਦਾ ਵੀਡੀਓ ਕੀਤਾ ਦਵਿੰਦਰ ਵੀਰ ਜੀ ਨੇ ਇਹਦਾ ਵੀਡੀਓ ਕੀਤਾ ਠੀਕ ਹੈ ਜੀ ਔਰ ਆਪਣੇ ਸ਼ਹਿਰ ਤੋਂ ਅਪਡੇਟ میوزਿਕ ਕੰਪਨੀ ਦੇ ਮਾਲਕ ਦਵਿੰਦਰ ਤਰੇਣ ਸਾਹਿਬ ਦਵਿੰਦਰ ਬਿਰਕ ਸਾਹਿਬ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਨੇ ਇਸ ਨੂੰ ਲਾਂਚ ਕੀਤਾ ਗੀਤ ਨੂੰ ਅੱਛਾ ਜੀ ਔਰ ਲਾਂਚ ਕਰਨੇ ਵੀ ਦੇ ਰੇ ਸੀਗੀ ਤੇ ਜਿਦਾਂ ਇੱਕ ਅੱਜਕੱਲ੍ਹ 트ੈਂਡ ਦੇ ਹਿਸਾਬ ਨਾਲ ਗੀਤ ਚੱਲਦੇ ਆ ਉਸ ਹਿਸਾਬ ਨਾਲ ਇਹ ਧਾਰਮਿਕ ਗੀਤ ਨੂੰ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਬਿਲਕੁਲ ਐਨਾ ਸਤਕਾਰ ਦਿੱਤਾ ਬੜੀਆਂ ਫੋਨ ਕਾਲਾਂ ਦੇਸ਼ਾਂ ਵਿਦੇਸ਼ਾਂ ਤੋਂ ਇੰਡੀਆ ਤੋਂ ਆਈਆਂ ਜਿਹੜੇ ਗੁਰੂ ਨਾਨਕ ਦੇਵਾ ਸਿੱਖ ਨੇ ਸੰਗਤਾਂ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਬਾਣੀ ਨੂੰ ਸੁਣਿਆ ਈਵਨ ਕੀ Hindu ਪਰਿਵਾਰ ਵੀ ਉਹਨਾਂ ਦੇ ਵੀ ਜੇ ਆਪਾਂ YouTube ਤੇ ਜਾ ਕੇ ਕਮੈਂਟਸ ਦੇਖਦੇ ਆ ਉਹਨਾਂ ਨੇ ਵੀ ਕਮੈਂਟ ਕੀਤੇ ਹੈਗੇ ਆ ਤੇ ਮੌਜੂਦਾ ਜੋ ਹਾਲਾਤ ਚੱਲਦੇ ਆ ਜਿਨ੍ਹਾਂ ਤੋਂ ਅਸੀਂ ਦੁੱਖ ਭੋਗ ਰਹੇ ਆਂ ਜਗ ਜੋ ਵੀ ਹੈਗਾ ਉਹ ਵੀਡੀਓ ਵੀ ਉਸੇ ਤਰੀਕੇ ਦੇ ਨਾਲ ਬਣਾਈ ਗਈ ਆ ਔਰ ਬੋਲਾਂ ਤੇ ਗੀਤ ਦੇ ਬੋਲਾਂ ਦੇ ਨਾਲ ਇਹ ਵੀਡੀਓ ਬਿਲਕੁਲ ਟੁਕਦੀ ਹੈ ਬਿਲਕੁਲ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਇਹ ਗੀਤ ਸ਼ਫੀ ਜੀ ਨੇ ਲਿਖਿਆ ਜੀ ਇਹਦਾ ਇੱਕ ਇੱਕ ਲਫ਼ਜ਼ ਜਿਹੜਾ ਜੀ ਉਹ ਇੱਕ ਇੱਕ ਕਨਸੈਪਟ ਨੂੰ ਲੈ ਕੇ ਬਿਆਨ ਕਰਦਾ ਸਚਾਈ ਨੂੰ ਬਿਆਨ ਕਰ ਰਿਹਾ ਜੀ ਔਰ ਜਦੋਂ ਮੈਂ ਇਹ ਗੀਤ ਸੁਣ ਰਿਹਾ ਸੀਗਾ ਜੀ ਮੈਂ ਦੇਖਿਆ ਕਿ ਇਸ ਵਿੱਚ ਸਟਾਰਟਿੰਗ ਦੇ ਵਿੱਚ ਜੀ 1947 ਦੇ ਵਿੱਚ ਕੁਝ ਲੋਕ ਇਸ ਸਾਨੂੰ ਕਹਿੰਦੇ ਵੀ ਭਾਰਤ ਆਜ਼ਾਦ ਹੋਇਆ ਪਰ ਮੈਨੂੰ ਲੱਗਦਾ ਵੀ ਉਦੋਂ ਭਾਰਤ ਜਿਹੜਾ ਹੈ ਉਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਬਿਲਕੁਲ ਜੀ ਪਰ ਸਭ ਤੋਂ ਵੱਡਾ ਸੰਤਾਪ ਜਿਹੜਾ ਉਸ ਵੰਡ ਦਾ ਹਾਂਜੀ ਉਹ ਪੰਜਾਬ ਦੇ ਦੋਹਾਂ ਪਾਸਿਆਂ ਦੇ ਵਾਸਤੇ ਭਾਰਤ ਤਾਂ ਆਜ਼ਾਦ ਹੀ ਹੋਇਆ ਪਰ ਪੰਜਾਬ ਦੀ ਵੰਡ ਹੋ ਗਈ ਬਿਲਕੁਲ ਹਾਂਜੀ ਤੇ ਪਹਿਲਾਂ ਤੇ ਇਸ ਨੂੰ ਬਿਆਨ ਕਰਦਾ ਜੀ ਗੀਤ ਜੀ ਫਿਰ ਇਹਦੇ ਵਿੱਚ ਧਰਤੀ ਦੀ ਵੰਡ ਦੀ ਗੱਲ ਕੀਤੀ ਗਈ ਪਾਣੀ ਦੀ ਵੰਡ ਦੀ ਗੱਲ ਕੀਤੀ ਗਈ ਬਿਲਕੁਲ ਔਰ ਜਦੋਂ ਅਸੀਂ ਆਪਣੀ ਈਵਨ ਗੁਰਬਾਣੀ ਦੀ ਗੱਲ ਕਰਦੇ ਹਾਂ ਹਾਂਜੀ ਉਹਦੇ ਵਿੱਚ ਵੀ ਜਿਹੜਾ ਪਾਣੀ ਦਾ ਮਹੱਤਵ ਹੈ ਜੀ ਉਹ ਬਹੁਤ ਜ਼ਿਆਦਾ ਬਿਲਕੁਲ ਗੁਰਬਾਣੀ ਦੇ ਵਿੱਚ ਕਿਹਾ ਗਿਆ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਇ ਦਾਇ ਖੇਲੇ ਸਗਲ ਜਗਤ ਬਿਲਕੁਲ ਤੋਂ ਵਾਕਈ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਗੀਤ ਦੇ ਵਿੱਚ ਇੰਨੇ ਵਖ ਵਖ ਔਰ ਇੰਨੇ ਮਹੱਤਵਪੂਰਨ ਮਸਲੇ ਜਿਹੜੇ ਆ ਉਹ ਸੰਜੋਏ ਗਏ ਸੀ ਹਾਂਜੀ ਬਿਲਕੁਲ ਤੇ ਇਹ ਬਿਲਕੁਲ ਸਹੀ ਗੱਲ ਆ ਵੀ ਜੇ ਆਪਾਂ ਪਾਕਿਸਤਾਨ 1947 ਦੀ ਵੰਡ ਦੀ ਗੱਲ ਕਰੀਏ ਹੂੰ ਤੇ ਧਰਤੀ ਵੀ ਵੰਡੀ ਗਈ ਬਿਲਕੁਲ ਪਾਣੀ ਵੀ ਵੰਡ ਲਿਆ ਅਸਮਾਨ ਵੀ ਵੰਡ ਲਿਆ ਹੂੰ ਔਰ ਹੁਣ ਦੇ ਏਡੇ ਸੂਝਵਾਨ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਤਿਆਰ ਕਰਕੇ ਉਹਦੇ ਵਿੱਚ ਭਗਤ ਕਬੀਰ ਜੀ ਰਵਿਦਾਸ ਜੀ ਬੇਣੀ ਜੀ ਸੈਣ ਜੀ ਹੂੰ ਸਾਰਿਆਂ ਦੀ ਬਾਣੀ ਇਕੱਤਰ ਕਰਕੇ ਬਿਲਕੁਲ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਵੀ ਪ੍ਰਗਟ ਗੁਰਾਂ ਕੀ ਦੇਹ ਦਾ ਖਿਤਾਬ ਦਿੱਤਾ ਤੇ ਹੁਣ ਦੀ ਮਨੁੱਖਤਾ ਨੇ ਹੂੰ ਬਾਣੀ ਵੀ ਵੰਡ ਲਈ ਬਿਲਕੁਲ ਜੀ ਕੋਸ਼ਕ ਧੜੇ ਹੈਗੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਕੱਢ ਕੇ ਵੀ ਆਪਣੀ ਬਾਣੀ ਦਾ ਨਾਂ ਦਿੱਤਾ ਹੈਗਾ ਦੁਖਾਂਤ ਅਜੀ ਵੀ ਬੜਾ ਦੁਖਾਂਤ ਆ ਤੇ ਇਸ ਸਭ ਤੋਂ ਵੱਡਾ ਇਸ ਗਾਣੇ ਦੇ ਵਿੱਚ ਹਰ ਇੱਕ ਅਸਥਾਈ ਦੇ ਵਿੱਚ ਇਹ ਗੱਲ ਆਉਂਦੀ ਆ ਗੁਰੂ ਨਾਨਕ ਦੀ ਬਾਣੀ ਨਾ ਵੱਢਿਓ ਬਾਣੀ ਨਾ ਵੱਢਿਓ ਬਾਕੀ ਤਾਂ ਹੀ ਸਾਰਾ ਕੁਝ ਛੱਡਿਆ ਹੀ ਕੁਝ ਨਹੀਂ ਬਿਲਕੁਲ ਜੀ ਜੇ ਬਾਣੀ ਵੰਡ ਲਈ ਤੇ ਫਿਰ ਸਾਹ ਕਿੱਥੇ ਰਹਿ ਗਈ ਫਿਰ ਸਾਹ ਜ ਨਹੀਂ ਰਹੇਗੀ ਫਿਰ ਉਹ ਕਬੀਰ ਜੀ ਫਰੀਦ ਜੀ ਰਵਿਦਾਸ ਜੀ ਔਰ ਸਾਰੇ ਉਹ ਦੇਖਣਗੇ ਵੀ ਇਹ ਤਾਂ ਸਾਨੂੰ ਇੱਕ ਮਾਲਾ ਚ ਪਰੋਇਆ ਸੀ ਗੁਰੂ ਨਾਨਕ ਸਾਹਿਬ ਨੇ ਤੇ ਪਰ ਤਾਂ ਦੀ ਪੱਟਾਂ ਦੀ ਹਾਂਜੀ ਬਿਲਕੁਲ ਵੀ ਇਹ ਮਾਲਾ ਨੂੰ ਆਪਾਂ ਫਿਰ ਖੇਰੂ ਖੇਰੂ ਕਰਨ ਲੱਗ ਬਿਲਕੁਲ ਬਿਲਕੁਲ ਤੇ ਇਸ ਗੀਤ ਦੇ ਵਿੱਚ ਮੈਂ ਹੋਰ ਗੱਲਾਂ ਜਦੋਂ ਨੋਟ ਕਰ ਰਿਹਾ ਸੀਗਾ ਜੀ ਜੀ ਕਿ ਧੀਆ ਵੀ ਮਹਿਫੂਜ਼ ਨਾ ਇੱਥੇ ਹਾਕਮ ਨੂੰ ਕੋਈ ਸੂਝ ਨਾ ਇੱਥੇ ਕੋਈ ਨਹੀਂ ਇੱਥੇ ਰਹਿਣਾ ਚਾਹੁੰਦਾ ਸੱਚ ਨਹੀਂ ਕੋਈ ਕਹਿਣਾ ਚਾਹੁੰਦਾ ਬਿਲਕੁਲ ਸਹੀ ਗੱਲ ਆ ਜੀ ਸੋ ਕਿਹ ਮਸਲੇ ਜਿਹੜੇ ਆ ਜੀ ਵੇਖੋ ਧੀਆ ਦੀ ਸੇਫਟੀ ਦੀ ਗੱਲ ਵੀ ਕਰ ਦਿੱਤੀ ਗਈ ਹੈ ਦੇ ਵਿੱਚ ਬਿਲਕੁਲ ਜੀ ਜਿਹੜੀ ਉੱਥੇ ਇਸ ਵळे ਸਰਕਾਰਾਂ ਨੇ ਹਾਂ ਜੀ ਜਿਹੜੀਆਂ ਕਿ ਮਨੁੱਖੀ ਅਧਿਕਾਰਾਂ ਨੂੰ ਵੀ ਅੱਖੋਂ ਪਰੇ ਕਰ ਰਹੀਆਂ ਨੇ ਉਹਨਾਂ ਦੀ ਵੀ ਗੱਲ ਕਰਤੀ ਗਈ ਬਿਲਕੁਲ ਸਹੀ ਗੱਲ ਨਾਲ ਦੇ ਨਾਲ ਇੱਥੇ ਇਹ ਵੀ ਗੱਲ ਕਰਤੀ ਗਈ ਵੀ ਜਿਹੜੇ ਉੱਥੇ ਦੀ ਨਵੀਂ ਪੀੜ੍ਹੀ ਆ ਹਾਂਜੀ ਉਹ ਉਹ ਕਿੰਨੀ ਹਨੇਰੇ ਦੇ ਵਿੱਚ ਪਰ ਉਸ ਹਨੇਰੇ ਦੇ ਕਰਕੇ ਉਹਨਾਂ ਨੂੰ ਜਿੱਥੇ ਚਾਨਣ ਦਾ ਰਾਹ ਮਿਲਦਾ ਹਾਂਜੀ ਫਿਰ ਸਾਰੇ ਪੜ੍ਹ ਲਿਖ ਕੇ ਯੂਰਪ ਨੂੰ ਅਮਰੀਕਾ ਨੂੰ ਕੈਨੇਡਾ ਨੂੰ ਜਿੱਥੇ ਉਹਨਾਂ ਨੂੰ ਰਾਹ ਮਿਲਦਾ ਅਸੀਂ ਤੁਸੀਂ ਵੀ ਉਸੇ ਲਿਸਟ 'ਚ ਹੈਗੇ ਆਂ ਜੀ ਇਸੇ ਕਰਕੇ ਉੱਥੋਂ ਛੱਡ ਕੇ ਅਸੀਂ ਦੌੜੇ ਹੈਗੇ ਆਂ ਕਿ ਕੁਛ ਦੀਦਾ ਨਹੀਂ ਹੈਗਾ ਫਿਊਚਰ ਬਿਲਕੁਲ ਸਹੀ ਗੱਲ ਹੈ ਜੀ ਤੇ ਕੋਈ ਬੰਦਾ ਵੀ ਮਹਫੂਦ ਨਹੀਂ ਹੂੰ ਤੇ ਧੀਆਂ ਵੀ ਮਹਫੂਦ ਨਹੀਂ ਹੈਗੀਆਂ ਤੁਸੀਂ ਦੇਖੋ ਤਜਾ ਪਾਈ ਜਾਂਦੇ ਆ ਵੀਡੀਓ ਦੇਖੀ ਹੈ ਕਿਸ ਤਰੀਕੇ ਦੇ ਨਾਲ ਇੱਜ਼ਤ ਪਤਾਂ ਰੋਲੀਆਂ ਜਾਂਦੀਆਂ ਨੇ ਸਹੀ ਗੱਲ ਹੈ ਜੀ ਫਿਰ ਬੱਚੇ ਸਟੱਡੀ ਕਰਕੇ ਬੇਲੇ ਘੁੰਮ ਰਹੇ ਆ ਤੇ ਉਹ ਬਾਹਰ ਜਾਣ ਨੂੰ ਤਿਆਰ ਹੋ ਕੇ ਆਇਲਟ ਕਰਕੇ ਕਿੰਨੇ ਆਪਣੇ ਬੱਚੇ ਕੈਨੇਡਾ ਚ ਆ ਰਹੇ ਆ ਕਿੰਨੇ ਇਹ ਮੁਲਕ ਜਿਹੜੇ ਮੈਂ ਧੰਨਵਾਦ ਦੀਆਂ ਹਨ ਮੁਲਕਾਂ ਦਾ ਵੀ ਜਿਹੜੇ ਸਾਡੇ ਵਰਗੇ ਬੰਦਿਆਂ ਨੂੰ ਸਾਂਭੀ ਜਾਂਦੇ ਹੈਗੇ ਤੁਸੀਂ ਭਾਜੀ ਅਜੋਕੇ ਸਮੇ ਦਾ ਦੁਕਾਨ ਤੇ ਵੇਖੋ ਕਿ ਕੋਵਿਡ ਦੇ ਸਮੇਂ ਚ ਕੋਈ ਘਰੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ ਜੀ ਜੀ ਅੱਜ ਵੀ ਉਥੋਂ ਬੱਚੇ ਜਿਹੜੇ ਇਸ ਮਾਹੌਲ ਦੇ ਵਿੱਚ ਉਥੋਂ ਆ ਰਹੇ ਸਟੱਡੀ ਵੀਜ਼ੇ ਤੇ ਆ ਰਹੇ ਨੇ ਬਿਲਕੁਲ ਕਿੰਨੇ ਦੁਖੀ ਹੋਣਗੇ ਕਿੰਨਾ ਹਨੇਰਾ ਉਹਨਾਂ ਨੂੰ ਦਿਖਦਾ ਹੋਊਗਾ ਆਪਣੇ ਫਿਊਚਰ ਨੂੰ ਲੈ ਕੇ ਬਿਲਕੁਲ ਆਹ ਦੇਖੋ ਜੀ ਵਰਲਡਵਾਈਡ ਇਹ ਹੋਇਆ ਪਿਆ ਆ ਜੋ ਵੀ ਕਿਸਾਨਾਂ ਦਾ ਆ ਹੂੰ ਵਰਲਡਵਾਈਡ ਹੋਣ ਦੇ ਬਾਵਜੂਦ ਨਹੀਂ ਸੁਣਦਾ ਤੇ ਕੱਲੇ ਕਹਿ ਰਹੇ ਦੀ ਉਥੇ ਕਿੱਥੇ ਆ ਸੁਣਵਾਈ ਕੋਈ ਨਹੀਂ ਹੈਗੀ ਬਿਲਕੁਲ ਬਿਲਕੁਲ ਦੁਖਾਂਤ ਆ ਇਹ ਬਿਲਕੁਲ ਹੋਰ ਇਹਦੇ ਵਿੱਚ ਕਾਫੀ ਜਿਹੜੀਆਂ ਅਜੋਕੀਆਂ ਪੰਜਾਬ ਦੀਆਂ ਜਾਂ ਭਾਰਤ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਜਿਵੇਂ ਕਿ ਰੰਗਲਾ ਪੰਜਾਬ ਨਹੀਂ ਰਿਹਾ ਹੁਣ ਬਿਲਕੁਲ ਅਸੀਂ ਖੁਦ ਆਪਣਾ ਜਿਹੜਾ ਪਾਣੀ ਸੀਗਾ ਪੰਜਾਬ ਦਾ ਪਾਣੀ ਬਿਲਕੁਲ ਕਿਸੇ ਵੇਲੇ ਪੰਜਾਬ ਦਾ ਨਾਮ ਹੀ ਇੱਥੋਂ ਬਣਿਆ ਪੰਜ ਆ ਪੰਜ ਆ ਪੰਜ ਪੰਜਾਂ ਦਰਿਆਵਾਂ ਦੀ ਧਰਤੀ ਬਿਲਕੁਲ ਤੇ ਉਹ ਪਾਣੀ ਅੱਜ ਗੰਦਲਾ ਹੋ ਚੁੱਕਿਆ ਜੀ ਪਾਣੀ ਤਾਂ ਪਹਿਲਾਂ ਵੰਡ ਲਿਆ ਪਾਕਿਸਤਾਨ 'ਚ ਦੋ ਦਰਿਆ ਚੱਲ ਗਏ ਤਾਂ ਦੋ ਦਰਿਆ ਤਿੰਨ ਦਰਿਆ ਆਪਣੇ ਇੱਧਰ ਰਹਿ ਗਏ ਹੂੰ ਤੇ ਫਿਰ ਉਹ ਤੋਂ ਬਾਅਦ ਪਾਣੀ ਦੀ ਜਿਹੜੀ ਵੰਡਾ ਸਾਰੀ ਉਹ ਪੰਜਾਬ ਤੋਂ ਖੋ ਗਏ ਹੂੰ ਦੂਜੇ ਪਾਸਿਆਂ ਨੂੰ ਸੈਂਟਰ ਗਵਰਨਮੈਂਟ ਨੇ ਕਰ ਦਿੱਤੀ ਹੂੰ ਫਿਰ ਤੀਜਾ ਖਾਦ ਦਵਾਈਆਂ ਢੇਰ ਇਹੋ ਜੇ ਕੈਮੀਕਲ ਪੰਜਾਬ ਦੇ ਵਿੱਚ ਲਿਆਂਡ ਲਿਆਂ ਕੇ ਸਟੇ ਬਿਲਕੁਲ ਵੀ ਜਿਹੜੀ ਫਸਲ ਨਹੀਂ ਵੀ ਪੰਜਾਬ ਜੇ ਬੀਜਣੇ ਵਾਲੀ ਜਿੱਦਾਂ ਜੀ ਰਹੀ ਆ ਹੂੰ ਕਿੰਨੀ ਹੈ ਉਗਾਈ ਜਾ ਰਹੀ ਆ ਝੋਨਾ ਕਿੰਨਾ ਜਾ ਉਗਾਇਆ ਜਾ ਰਿਹਾ ਕਹਿੰਦੇ ਵੀ 1 ਕਿਲੋ ਝੋਨੇ ਨੂੰ 1 ਕਿਲੋ ਚੌਲਾਂ ਦੇ ਪਿੱਛੇ 70 ਲੀਟਰ ਪਾਣੀ ਲੱਗਦਾ ਬਿਲਕੁਲ ਤੇ ਉਹ ਸਾਰਾ ਧਰਤੀ ਚੋਂ ਕੱਢ ਕੱਢ ਕੇ ਸਾਰਾ ਕੁਝ ਦਵਾਈਆਂ ਨਸ਼ੀਲੀਆਂ ਪਾਪ ਆ ਗਏ ਉਹ ਧਰਤੀ ਦਾ ਪਾਣੀ ਇੰਨਾ ਮਿੱਠਾ ਹੋ ਸੀਗਾ ਉਸ ਧਰਤੀ ਦਾ ਹੁਣ ਐਸ ਵੇਲੇ ਪੀਣ ਯੋਗ ਨਹੀਂ ਰਿਹਾ ਬਿਲਕੁਲ ਭਾਜੀ ਤੁਸੀਂ ਮੈਂ ਲਗਭਗ ਇੱਕੋ ਜਨਰੇਸ਼ਨ ਦੇ ਹਾਂ ਔਰ ਦੇਖਿਆ ਹੋਵੇਗਾ ਵੀ ਅਸੀਂ ਨਲਕੀ ਗੇੜ ਕੇ ਇਨ ਹੁੰਦੇ ਰਹੇ ਇਦਾਂ ਹੀ ਸੀ ਨਲਕਿਆਂ ਤੇ ਪਾਣੀ ਪੀਂਦੇ ਰਹੇ ਬਿਲਕੁਲ ਅੱਜ ਉਹ ਪਾਣੀ ਪੀਣ ਯੋਗ ਨਹੀਂ ਰਿਹਾ ਪੀਣ ਯੋਗ ਨਹੀਂ ਘਰ ਘਰ ਦੇ ਵਿੱਚ ਪੰਜਾਬ ਦੇ ਵਿੱਚ ਫਿਲਟਰ ਲੱਗ ਚੁੱਕੇ ਨੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਵਾਕਿਆ ਬੜਾ ਤਗੜਾ ਦੁਕਾਨਦਾਰ ਵੀ ਦੁਕਾਨਦਾਰ ਜੀ ਹੋਰ ਵੀ ਕਾਫੀ ਗੱਲਾਂ ਬਾਤਾਂ ਸੀ ਇਹਦੇ ਵਿੱਚ ਇੱਕ ਪਾਸੇ ਨਸ਼ਿਆਂ ਦੀ ਗੱਲ ਕੀਤੀ ਗਈ ਹਾਂਜੀ ਨਾਲ ਦੇ ਨਾਲ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਦੀ ਗੱਲਬਾਤ ਕੀਤੀ ਗਈ ਕਿ ਕਿਵੇਂ ਲਾਲਚ ਦੇ ਵਿੱਚ ਫਸ ਕੇ ਉਹਨਾਂ ਨੇ ਜਿਹੜੀ ਸਾਡੇ ਵੱਖ-ਵੱਖ ਜਿਹੜੇ ਸੂਬਿਆਂ ਦੇ ਲੋਕਾਂ ਨੂੰ ਆਪਸ ਦੇ ਵਿੱਚ ਵੰਡ ਦਿੱਤਾ ਬਿਲਕੁਲ ਵੰਡਿਆ ਜੀ ਬਿਲਕੁਲ ਧਰਮਾਂ ਇੰਨਾ ਅਫਰਕਾ ਪ੍ਰਸਤੀ ਉੱਥੇ ਹੋ ਗਈ ਹੈਗੀ ਆ ਵੀ ਗੱਲ ਛੱਡ ਦਿਓ ਔਖਾ ਹੋਇਆ ਜੀਣਾ ਔਖਾ ਹੋ ਗਿਆ ਬਿਲਕੁਲ ਹਾਂਜੀ ਭਾਜੀ ਵੈਸੇ ਤੇ ਇਹ ਗੀਤ ਦਾ ਵਿਸ਼ਾ ਵਸਤੂ ਇੰਨਾ ਕਿ ਵਧੀਆ ਵਾ ਜੀ ਔਰ ਇਨਿਕ ਜਿਆਦੇ ਮੁੱਦੇ ਜਿਹੜੇ ਨੇ ਇਸ ਵਿੱਚ ਸ਼ਾਮਿਲ ਕੀਤੇ ਗਏ ਨੇ ਕਿ ਜੇ ਅਸੀਂ ਇਹਦੇ ਉੱਪਰ ਚਰਚਾ ਕਰਨ ਬੈਠ ਗਏ ਤੇ ਮੈਨੂੰ ਲੱਗਦਾ ਵੀ ਦੋ ਤਿੰਨ ਇੰਟਰਵਿਊ ਸੀ ਥੋੜੀਆਂ ਪੈਣਗੀਆਂ ਚਾਹੀਦੀਆਂ ਤੇ ਜਾਂਦੇ ਜਾਂਦੇ ਇਸ ਗੀਤ ਦੇ ਦੋ ਬੋਲ ਹੋ ਜਾਣ ਜੀ ਹਾਂ ਧਰਤੀ ਵੰਡੀ ਅੰਬਰੇ ਵੰਡਿਆ ਆਪੇ ਤੁਸੀਂ ਸਮੁੰਦਰ ਵੰਡਿਆ ਜੋ ਜ਼ਿੰਦਗੀ ਲਈ ਜ਼ਰੂਰੀ ਜ਼ਿੰਦਗੀ ਲਈ ਜ਼ਰੂਰੀ ਲੋਕੋ ਪਾਣੀ ਨਾ ਵੰਡਿਓ ਸੱਚ ਦੇ ਰਹਿਬਰ ਗੁਰੂ ਨਾਨਕ ਦੀ ਬਾਣੀ ਨਾ ਵੰਡਿਓ ਸੱਚ ਦੇ ਰਹਿਬਰ ਗੁਰੂ ਨਾਨਕ ਦੀ ਬਾਣੀ ਨਾ ਵੰਡਿਓ ਮੈਂ ਭਾਜੀ ਕੱਲ ਹੋਰ ਨੋਟ ਕਰ ਰਿਆ ਸੀਗਾ ਜੀ ਕਿ ਜਿਵੇਂ ਪਾਣੀ ਤੇ ਗੁਰਬਾਣੀ ਇਹ ਦੋਨੋਂ ਹੀ ਪਾਣੀ ਸਾਡੇ ਸਰੀਰ ਦੇ ਲਈ ਜ਼ਰੂਰੀ ਹੈ ਜੀ ਬਿਲਕੁਲ ਤੇ ਗੁਰਬਾਣੀ ਸਾਡੀ ਰੂਹ ਦੀ ਖਰਾਕ ਰੂਹ ਲਈ ਆਤਮਾ ਲਈ ਆਤਮਾ ਦੀ ਪਵਿੱਤਰਤਾ ਦੇ ਲਈ ਬਿਲਕੁਲ ਤੇ ਵਾਕਈ ਇਹ ਸ਼ਬਦ ਜਿਹੜੇ ਨੇ ਆਪਣੇ ਆਪ ਦੇ ਵਿੱਚ ਆਤਮਾ ਤੇ ਪਰਮਾਤਮਾ ਦੇ ਮਿਲਾਪ ਵੱਲ ਨੂੰ ਵੀ ਇਸ਼ਾਰਾ ਕਰਦੇ ਨੇ ਬਿਲਕੁਲ ਬਿਲਕੁਲ ਤੇ ਭਾਜੀ ਇੱਕ ਵਾਰੀ ਜਾਣ ਤੋਂ ਪਹਿਲਾਂ ਹੋਰ ਦੱਸ ਦਿਓ ਜੀ ਕਿ ਸਾਡੇ ਦਰਸ਼ਕਾਂ ਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਪ੍ਰੋਜੈਕਟ ਲੈ ਕੇ ਆ ਰਹੇ ਤੁਸੀਂ ਬਹੁਤ ਹੀ ਵਧੀਆ ਇੱਕ ਡਿਊਟ ਗੀਤ ਮੈਂ ਲੈ ਕੇ ਆ ਰਿਹਾ ਹੈਗਾ ਤੇ ਮੇਰਾ ਖਿਆਲ ਆ ਵੀ ਬਸਾਖੀ ਦੇ ਉੱਪਰ ਉਹ ਗੀਤ ਆਪਾਂ ਜ਼ਰੂਰ ਕਰਾਂਗਾ ਉਹ ਵੀ ਗੀਤ ਦੀ ਹਰ ਇੱਕ ਵਰਡਿੰਗ ਜਿਸ ਤਰ੍ਹਾਂ ਇਸ ਗੀਤ ਦੀ ਹੈਗੀ ਆ ਉਸੇ ਤਰੀਕੇ ਦੀ ਆ ਆਮ ਸੁਣੀਦਾ ਸੀ ਉਹ ਸਿੰਘਾਂ ਦੇ 12 ਵਜ ਗਏ ਆ ਜਾਂ ਹਜੇ ਤੱਕ ਵੀ ਛੇੜ ਹੈਗੀ ਆ ਬਿਲਕੁਲ ਤੇ ਆ ਹੁਣ 12 ਵਜੇ ਉਹ ਕਰਕੇ ਰਾਤ ਦੇ ਦੇਖ ਲਓ ਵੀ ਤੁਸੀਂ ਸ਼ੰਭੂ ਬਾਰਡਰ ਤੇ ਬੈਠੇ ਹੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ ਹੈ ਤੇ ਹੁਣ ਇਸ ਵੇਲੇ ਸਾਰਾ ਹਿੰਦੁਸਤਾਨ ਔਰ ਸਾਰਾ ਵਰਲਡ ਕਹਿ ਰਿਹਾ ਵੀ ਹੁਣ ਸਿੰਘ ਅੱਗੇ ਹੋ ਕੇ ਆਪਣਾ ਗੱਲ ਚੱਕੀ ਹੈਗੀ ਆ ਬਿਲਕੁਲ ਤੇ ਇਸ ਕਰਕੇ ਇਹ ਸਿੰਘਾਂ ਦੇ ਜਿਹੜੇ 12 ਉਹ ਇਦਾਂ ਦੇ ਵੱਜਦੇ ਆ ਜੇ ਹੁਣ ਕਿਸੇ ਦੇ ਸਾਹਮਣੇ ਨਹੀਂ ਰਹੇ ਤੇ ਉਸ ਸਮੇਂ ਦਾ ਉਸ ਟਾਈਮ ਦਾ ਨੂੰ ਬਿਆਨ ਕਰਦਾ ਇਹ ਗੀਤ ਬਹੁਤ ਜਲਦੀ ਤੁਹਾਡੇ ਰੂਬਰੂ ਆਏਗਾ ਵਾਕਿਆ ਜੀ ਇਹ ਇਹ ਜਿਹੜੀ 12 ਵਜੇ ਵਾਲੀ ਹੈ ਇਹ ਪਿੱਛੇ ਇੱਕ ਬਹੁਤ ਕਹਾਣੀ ਵੱਡੀ ਆ ਬਿਲਕੁਲ ਪਰ ਇਸ ਗਾਣੀ ਦਾ ਕਹਾਣੀ ਦਾ ਜਿਹੜਾ ਇਹ ਵਿਸਥਾਰ ਹੈ ਜੀ ਤੁਹਾਡੇ ਗੀਤ ਦੇ ਨਾਲ ਹੀ ਝਾਹਰ ਕਰਾਂਗੇ ਜੀ ਬਿਲਕੁਲ ਕਰਾਂਗੇ ਤੇ ਮਠਾੜੂ ਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਆਪਣੇ ਗੀਤਾਂ ਦੇ ਵਿਸ਼ਾ ਵਸਤੂ ਈਵਨ ਪੰਜਾਬ ਦੇ ਹਾਲਾਤਾਂ ਦੇ ਬਾਰੇ ਸਾਡੇ ਨਾਲ ਗੱਲਬਾਤ ਕੀਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਮਨਜੀਤ ਪਾੜੀ ਔਰ ਸਾਰੇ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਇਸਨ ਸਰਦਾਰ ਉਪਿੰਦਰ ਸਿੰਘ ਮਠਾੜੂ ਔਰ ਮੈਂ ਆਪ ਸਭਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਇਹਨਾਂ ਦਾ ਗੀਤ ਹੈ ਨਾਨਕ ਦੀ ਬਾਣੀ ਉਹ ਜ਼ਰੂਰ ਸੁਣਿਓ ਕਿਉਂਕਿ ਉਸ ਦੇ ਵਿੱਚ ਵੱਖ-ਵੱਖ ਜਿਹੜੇ ਸਾਡੇ ਸਮਾਜਿਕ ਪਹਿਲੂ ਨੇ ਉਹਨਾਂ ਨੂੰ ਬੜਾ ਬਾ ਕਮਾਲ ਵਿਸਤ੍ਰਿਤ ਵਿਆਖਿਆ ਕੀਤੀ ਗਈ ਹੈ ਔਰ ਆਪ ਸਭਨਾਂ ਨੂੰ ਇਹ ਪਸੰਦ ਵੀ ਆਵੇਗਾ ਅਸੀਂ ਆਉਣ ਵਾਲੇ ਐਪੀਸੋਡਸ ਦੇ ਵਿੱਚ ਐਡਮਿੰਟਨ ਸ਼ਹਿਰ ਦੀਆਂ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਉਂਦੇ ਰਹਾਂਗੇ ਮੈਨੂੰ ਮਨਜੀਤ ਸਿੰਘ ਫੇਰੂਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ ਧੰਨਵਾਦ